ਲਾ ਆ ਟਰਬੋ ਲੱਗੀ ਹੋਈ ਆ, ਲਓ ਵੀ ਸੱਜਣੋ ਸਵਰਾਜ 855 ਤੇ ਟਰਬੋ ਲੱਗੀ ਹੋਈ ਆ, ਜਿਹਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਨੰਬਰ। ਲਓ ਵੀ ਸੱਜਣੋ ਇੱਕ ਗਾਣਾ ਹੋਇਆ ਸੀ ਫੋੜ ਦੇ ਫਕਾਰੇ ਉੱਤੇ, ਲਾਲੀ ਜੱਟ ਨੇ ਅੱਜ ਤੁਹਾਡੇ ਵਾਸਤੇ ਫੋੜ ਲੈ ਕੇ ਆਏ ਆ। ਕੀ ਹਾਲ ਹੈ ਬਈ ਲਾਡੀ? ਵਧੀਆ ਜੀ ਵਧੀਆ ਵੀਰੇ ਬਹੁਤ। ਫਿਰ ਆਪਾਂ ਆ ਜਿਹੜਾ ਫੋੜ ਆ ਹਾਂਜੀ ਸਾਰਾ ਓਰੀਜਨਲ ਆ? ਸਾਰਾ ਓਰੀਜਨਲ ਆ ਵੀਰੇ, ਸਾਰਾ ਜਿੰਨਾ ਇੰਜਨ ਗੇਅਰ ਪੱਖੋਂ ਸਭ ਇੰਜਨ ਗੇਅਰ ਬਾਡੀ ਬੁੱਡੀ ਦਾ ਸਭ ਰੀਮਾ ਮਰਗਟਾ ਸਾਰਾ ਓਰੀਜਨਲ ਆ। ਤੇ ਇਹ ਮਾਡਲ ਕਿੰਨਾ ਫਿਰ? ਇਹ 1995 ਮਾਡਲ ਆ। 1995 ਮਾਡਲ ਆ, ਮਗਰਾਟ ਵਗੈਰਾ ਸਾਰੇ ਓਰੀਜਨਲ ਆ ਨਾਲ ਦੇ। ਹਾਂ ਜੀ ਹਾਂ। ਤੇ ਟਾਇਰ ਪੱਖੋਂ ਵੀ ਐਨ ਪੂਰੇ ਚੰਗੇ ਹੈਗੇ ਆ, 65-70 ਪੈਸੇ। 65-70 ਪੈਸੇ ਮੂਰਲੇ ਹੈਗੇ, 30-35 ਪੈਸੇ ਹਾਂ ਅਗਲੇ ਘੱਟ ਨੇ। ਤੇ ਫਿਰ ਇਹ ਆਪਾਂ ਕਿੰਨੇ ਦਾ ਦੇ ਦਈਏ? ਇਹ ਦੇ ਦਾਂ 1,45,000 ਦਾ। 1,45,000 ਦਾ ਇਹ ਚ ਮੌਕੇ ਤੇ ਮਾਨਤਾਨ ਕਰਦਾਂਗੇ, ਮਾਨਤਾਨ ਮੌਕੇ ਤੇ ਮਾਨਤਾਨ ਹੋ ਜੂ ਗੱਲ। ਲਓ ਜੀ ਹੁਣ ਇੱਧਰ ਆ ਗਿਆ ਪ੍ਰੀਤ, ਇਹ ਵੀ ਮੈਂ ਪਹਿਲੀ ਵਾਰੀ ਦੇਖਿਆ ਅੱਜ, 35-59। ਇਹ ਪ੍ਰੀਤ ਵਾਲਿਆਂ ਦੇ ਪਹਿਲੇ ਟਰੈਕਟਰ ਨੇ ਜਦੋਂ ਨਾ ਬਣਾਉਣੇ ਸ਼ੁਰੂ ਕਰੇ ਨੇ, ਜਦੋਂ ਮਤਲਬ ਪ੍ਰੀਤ ਨੇ ਕੰਮ ਸ਼ੁਰੂ ਕਰਿਆ ਟਰੈਕਟਰ ਬਣਾਉਣ ਦਾ, ਤਾਂ ਆਹ ਟਰੈਕਟਰ ਤੋਂ ਕੁਛ ਕੰਮ ਸ਼ੁਰੂ ਕਰਿਆ ਜੀ। ਹਾਂ। ਤੇ ਇੰਜਨ ਗੇਅਰ ਪੱਖੋਂ? ਇੰਜਨ ਗੇਅਰ ਪੂਰਾ ਵਧੀਆ, 35-59 ਟਰੈਕਟਰ, ਖਰਚਾ ਬਹੁਤ ਘੱਟ ਆ ਇਹਨਾਂ ਟਰੈਕਟਰਾਂ ਦਾ ਵੀਰੇ, ਹੋਰ ਟਰੈਕਟਰ ਨਾਲੋਂ ਖਰਚਾ ਬਹੁਤ ਘੱਟ ਆ। ਤੇ ਇਹਦੇ ਮਾਡਲ ਦੀ ਗੱਲ ਕਰੀਏ, 2006 ਮਾਡਲ ਆ, ਇੰਜਨ ਗੇਅਰ ਦਾ ਬਾਡੀ ਬੁੱਡੀ ਤਾਂ ਸਾਰਾ ਓਰੀਜਨਲ ਆ, ਟਾਇਰ ਟੂਰਾਂ ਤੋਂ ਪੂਰਾ, ਟਾਇਰ ਨਵੇਂ ਨੇ। ਹਾਂਜੀ। ਤੇ ਮੂਰਲੇ ਟਾਇਰ ਵੀ ਹੈਗੇ ਚੰਗੇ? ਹਾਂਜੀ ਹਾਂ, 70-80 ਪੈਸੇ 80 ਪੈਸੇ ਟਾਇਰ ਹੈਗੇ। ਤੇ ਲੋ ਇਹ ਇਹਦੀ ਫਿਰ ਆਪਾਂ ਕੀ ਡਿਮਾਂਡ ਕਰਦੇ ਆ? 1,80,000 ਦਾ ਦੇ ਦਾਂਗੇ ਸਿਰਫ। ਹਾਂ, ਪੰਜਾਬ ਨੰਬਰ ਆ, ਪੂਰਾ ਚੰਗਾ ਟਰੈਕਟਰ ਹੈ। ਇਹ ਕਿੰਨਵੇਂ ਨਾਮ ਹੋ? ਇਹ ਮਿਲਾਦੀਆ ਦੂਜੇ ਨਾਮ ਹੋਊਗਾ ਸ਼ਾਇਦ, ਸੈਕਿੰਡ। ਬਾਬਾ ਮਤਲਬ ਜਿੰਨੇ ਤੇਰੇ ਕੋਲ ਟਰੈਕਟਰ ਨੇ, ਇੱਕ ਤਾਂ ਪੰਜਾਬ ਨੰਬਰ ਹੋਣਗੇ ਤੇ ਜਾਂ ਪਹਿਲੇ ਜਾਂ ਦੂਜੇ ਨਾਮ ਹੋਣਗੇ। ਹਾਂ, ਦੂਜੇ। ਤੇ ਇੱਧਰ ਆ ਗਿਆ ਫਾਰਮ ਟਰੈਕ 45 45 ਤੇ ਇਹ ਕਿੰਨਾ ਮਾਡਲ ਆ? ਇਹ 2005 ਮਾਡਲ ਆ, ਇਹ ਫਸਟ ਓਨਰ ਦਾ, ਪਹਿਲੇ ਮਾਲਕਾਂ ਦਾ। 2005 ਮਾਡਲ, ਪਹਿਲੇ ਨਾਮ ਹੈ, ਪਹਿਲੇ ਨਾਮ। ਤੇ ਇਹ ਕੰਡੀਸ਼ਨ ਪੱਖੋਂ ਵੀ ਚੰਗਾ ਪਿਆ ਹੈਗਾ, ਇੰਜਨ ਓਰੀਜਨਲ ਆ ਟਰੈਕਟਰ ਹੈ ਸਾਰਾ ਓਰੀਜਨਲ ਆ। ਇਹਦੇ ਵੀ ਸਿਸਟਮ ਵਗੈਰਾ ਲੱਗਿਆ ਹੋਇਆ, ਸਪੀਕਰ ਸਪੀਕਰ ਲੱਗੇ, ਜਿੰਨਾ ਲੱਗਿਆ ਹੋਇਆ ਆਪਾਂ ਸਾਰਾ ਕੁਝ ਨਾਲ ਹੀ ਦੇ ਦਿੰਦੇ, ਨਾਲ ਹੀ ਦੇ ਦਿੰਦੇ। ਤਾਰ ਦੇ ਨਹੀਂ ਵੀਰੇ, ਕੇਸ ਵਾਲਾ 40 ਰੁਪਏ ਸਕਰੈਪ 'ਚ ਵੇਚਣਾ, 200 ਦਾ ਹੁੰਦਾ ਨਹੀਂ ਹੈਗਾ, ਲੱਗਿਆ ਰਹਿੰਦਾ ਅਗਲੇ ਨੂੰ, ਐਂ 4,000-5,000 ਲਾਉਣਾ ਪੈਂਦਾ ਉਹ ਤੋਂ ਅਗਲਾ ਪੈ ਜਾਂਦਾ, ਸਾਡਾ ਜੇ ਤਾਰ ਲਈ ਉਰੇ 100 ਦਾ ਨਹੀਂ ਹੁੰਦਾ ਉਹ। ਉਹ ਤੇਰੀ ਗੱਲ ਸੀ। ਅਤੇ ਇਹਦੀ ਕੀ ਡਿਮਾਂਡ ਹੈ? ਇਹ 2,35,000 ਦੇ ਦਿੰਦੇ। 2,35,000 ਦਾ। ਅਤੇ ਇੱਧਰ ਆ ਗਿਆ ਟਮਾਟੀ। ਹਾਂ, 2010 ਮਾਡਲ। 2010 ਮਾਡਲ, 10 ਮਾਡਲ। ਤੇ ਇੰਜਨ ਗੇਅਰ ਪੱਖੋਂ ਤਾਂ ਚੰਗੇ ਹੁੰਦੇ ਆ ਤੇਰੇ ਕੋਲ ਜਿੰਨੇ ਟਰੈਕਟਰ? ਇੰਜਨ ਗੇਅਰ ਦੇ ਤਾਂ ਚੰਗੇ ਆ ਟਰੈਕਟਰ ਸਾਰੇ ਆਪਣੇ। ਤੇ ਟਾਇਰ ਪੱਖਾ ਸਾਰੇ ਨਵੇਂ ਨੇ, 70 ਪੈਸੇ ਟਾਇਰ ਹੈਗੇ, ਡੈਕ ਡੁੱਕ ਛਾਤ ਇਹਦੇ ਹੈ ਨਹੀਂ, ਆਹ ਹੁੱਡ ਵਾਲੀ ਛਾਤਰੀ ਲੱਗੀ ਹੋਈ ਆ, ਬੰਪਰ ਬੰਪਰ ਲੱਗਿਆ ਵਾ, ਬੰਪਰ ਲੱਗਾ। ਇਹ ਵੀ ਮਾੜਾ ਜਿਹਾ ਵਿੱਚੋਂ ਦਿਖਾ ਦਈਏ ਆਪਾਂ ਫਿਰ, ਹਨਾ, ਪਹਿਲੇ ਮਾਲਕ ਦਾ ਟਰੈਕਟਰ ਆ, ਇਹਦੇ ਟਰਬੋ ਲੱਗੀ ਹੋਈ ਆ ਸੱਚੋ। ਲਾ ਆ ਟਰਬੋ ਲੱਗੀ ਹੋਈ ਆ। ਹਾਂ, ਲਓ ਵੀ ਸੱਜਣੋ ਸਵਰਾਜ 855 ਤੇ ਟਰਬੋ ਲੱਗੀ ਹੋਈ ਆ, ਜਿਹਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਨੰਬਰ, ਬਾਈ ਦਾ ਸਕਰੀਨ ਤੇ ਚੱਲੀ ਜਾਂਦਾ। ਤੇ ਇਹਦੀ ਕੀ ਡਿਮਾਂਡ ਆ? ਇਹ ਦੇ ਦਾਂਗੇ 3,30,000 ਦਾ ਬਸ। ਟਰਬੋ ਲਵਾਉਣ ਲੱਗ ਜਾ, 35,000 ਦੀ ਟਰਬੋ ਲਾਉਂਦੇ ਬਾਈ, ਲੈ ਆਪਾਂ ਫ੍ਰੀ ਚ ਹੀ ਦੇ ਦੇਣੀ ਜਿਹੜੀ ਟਰਬੋ ਲੱਗੀ ਹੋਈ ਆ, ਨਾਲ ਹੀ ਦੇ ਦੇਣੀ ਆ। 3,30,000 ਦੇ ਵਿੱਚ ਆਪਾਂ ਟਰਬੋ ਲੱਗਿਆ ਹੋਇਆ ਟਰੈਕਟਰ ਜੇ ਅਸੀਂ ਤਾਰਨੇ ਵਾਲੇ ਹੋਵੇ, ਇਹਨੂੰ ਤਾਰ ਕੇ 15,000 ਦੀ ਜਾਂ ਘੱਟੋ ਘੱਟ ਜਿਹਨੂੰ ਮਰਜ਼ੀ ਦੇ ਦਈਏ, ਹੱਸ ਕੇ ਲੈ ਜਾਊ ਅਗਲਾ, ਪਰ ਤਾਰਦੇ ਨਹੀਂ ਹੈਗੇ। 3,30,000 ਚ ਲੋਕ ਤਾਂ 6-7 ਮਾਡਲ ਦਿੰਦੇ ਆ ਨਾ, ਆਪਣਾ ਦੇ ਦਾਂਗੇ। ਤਾਂ ਹੀ ਤਾਂ ਕਹਿੰਦੇ ਆ ਵੀ 500 ਏਰੀਆ ਦੇ ਵਿੱਚ ਕਹਿੰਦੇ ਸਸਤੇ ਟਰੈਕਟਰ ਦਿੰਦਾ ਬਾਈ। ਤੇ ਆਹ ਜਿਨ੍ਹਾਂ ਨੇ ਵੀ ਆਹ ਟਰੈਕਟਰ ਦੇ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ, ਤੇ ਬਾਈ ਤੇਰਾ ਜਿਹੜਾ ਮੋਬਾਈਲ ਨੰਬਰ ਉਹ ਵੀ ਬੋਲ ਦੇ, 82-645-42-44। ਬਾਕੀ ਬਾਈ ਲਾਡੀ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਹੈਗਾ। ਤੇ ਜਿਨ੍ਹਾਂ ਨੇ ਵੀ ਕੋਈ ਟਰੈਕਟਰ ਲੈਣਾ ਜਾਂ ਵੇਚਣਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ। ਧੰਨਵਾਦ, ਮਿਹਰਬਾਨੀ।